राजीव गांधी नाल खड़ा सी अमिताभ बच्चन और नारे मार रहा सीगा कि खून का बदला खून से लेंगे। 2 करोड़ रुपया ओदे कोलो लिया है जिहदे उत्ते साडे कतल दे इल्जाम ने। अज कौम साडी इन्नी थले ए लै गए ने कि अज सानू कातलों तो पैसे लेने पै जाणगे। अगे सुखबीर सिंह बादल ते प्रकाश सिंह बादल ਉਹ ਡੇਰੇ ਅੱਗੇ ਲੰਮਾ ਪੈ ਗਿਆ ਸੀਗਾ ਜਿਹੜੇ ਡੇਰੇ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਸੀਗੀ। ਮੈਂ ਸਮਝਦਾ ਵਾਂ ਕਿ ਇਹ ਕੌਮ ਕਦੀ ਇਹ ਗੱਲ ਬਰਦਾਸ਼ਤ ਨਹੀਂ ਕਰੇਗੀ। ਅਸੀਂ ਅਣਖ ਨਾਲ ਜੀਣਾ ਜਾਣਦੇ ਹਾਂ, ਇਹ 2 ਕਰੋੜ ਰੁਪਏ ਨਾਲ ਗੁਰਦੁਆਰਾ ਚੱਲੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਰਕਾਬਗੰਜ ਸਾਹਿਬ ਤੋਂ ਜਿੱਥੇ ਤਕਰੀਬਨ 300-400 ਬੈੱਡ ਲਗਾਏ ਗਏ ਨੇ ਔਰ ਕੋਵਿਡ ਦੇ ਪੇਸ਼ੈਂਟਸ ਦੀ ਸੇਵਾ ਵਾਸਤੇ ਜਿੱਥੇ ਦਿੱਲੀ ਗੁਰਦੁਆਰਾ ਕਮੇਟੀ ਨੇ ਉੱਦਮ ਕੀਤੇ ਨੇ, ਬਹੁਤ ਵੱਡੇ ਉੱਦਮ ਸਾਰੀ ਸਿੱਖ ਕੌਮ ਨੇ, ਸਿੰਘ ਸਭਾਵਾਂ ਨੇ, ਜਥੇਬੰਦੀਆਂ ਨੇ, ਉਹਦੇ 'ਚ ਭਾਵੇਂ ਗੁੜਗਾਉਂ ਦੇ ਵਿੱਚ ਕਿਸੇ ਨੇ 500 ਬੈੱਡ ਲਗਾਏ ਹੋਣ, ਇੰਦਰਾਪੁਰਮ 'ਚ ਕੋਈ ਸੇਵਾ ਕਰ ਰਿਹਾ ਹੋਵੇ, ਜਾਗੋ ਪਾਰਟੀ ਦੀ ਟੀਮਾਂ ਸਾਰੀ ਦਿੱਲੀ 'ਚ ਲੱਗੀਆਂ ਹੋਈਆਂ ਨੇ, ਖਾਲਸਾ ਏਡ ਹੈ। ਲੇਕਿਨ ਮੈਂ ਸਮਝਦਾ ਕਿ ਦਿੱਲੀ ਗੁਰਦੁਆਰਾ ਕਮੇਟੀ ਨੇ ਇੱਕ ਨਵੇਕਲਾ ਕੰਮ ਕਰ ਦਿੱਤਾ। ਉਹ ਨਵੇਕਲੇ ਕੰਮ ਨਾਲ ਅੱਜ ਮਨ ਨੂੰ ਦਰਦ ਬੜਾ ਹੋ ਰਿਹਾ, ਅੱਜ ਮਨ ਨੂੰ ਦੁੱਖ ਬੜਾ ਹੋ ਰਿਹਾ। ਉਹ ਇਸ ਕਰਕੇ ਦੁੱਖ ਹੋ ਰਿਹਾ ਕਿ ਅਮਿਤਾਭ ਬੱਚਨ ਜਿਹਦੇ ਉੱਤੇ ਇਲਜ਼ਾਮ ਨੇ ਕਿ ਜਦੋਂ ਇੰਦਰਾ ਗਾਂਧੀ ਦੀ ਲਾਸ਼ ਪਈ ਸੀਗੀ 3 ਮੂਰਤੀ 'ਤੇ, ਰਾਜੀਵ ਗਾਂਧੀ ਨਾਲ ਖੜਾ ਸੀ ਅਮਿਤਾਭ ਬੱਚਨ ਔਰ ਨਾਰੇ ਮਾਰ ਰਿਹਾ ਸੀਗਾ ਕਿ ਖੂਨ ਕਾ ਬਦਲਾ ਖੂਨ ਸੇ ਲੇਂਗੇ, ਇਹ ਸਿੱਖੋ ਨੇ ਹਮਾਰੀ ਮਾਂ ਮਾਰ ਦੀ, ਇਨਕੋ ਨਹੀਂ ਛੋੜਾ ਜਾਏਗਾ। ਪੂਰੇ ਹਿੰਦੁਸਤਾਨ 'ਚ ਪੰਜਾਬੋ ਬਾਹਰ ਸਿੱਖਾਂ ਦੀਆਂ ਲਾਸ਼ਾਂ ਵਿਛਾ ਦਿੱਤੀਆਂ ਗਈਆਂ ਸੀਗੀਆਂ, ਕਤਲੇਆਮ ਕਰ ਦਿੱਤਾ ਗਿਆ ਸੀਗਾ ਔਰ ਅੱਜ ਮਨਜਿੰਦਰ ਸਿੰਘ ਸਿਰਸਾ ਔਰ ਉਹਦੀ ਸਾਰੀ ਟੀਮ ਨੇ 2 ਕਰੋੜ ਰੁਪਇਆ ਉਹਦੇ ਕੋਲੋਂ ਲਿਆ ਹੈ ਜਿਹਦੇ ਉੱਤੇ ਸਾਡੇ ਕਤਲ ਦੇ ਇਲਜ਼ਾਮ ਨੇ, ਜਿਹਦਾ ਕੇਸ ਆਲਰੇਡੀ ਕੋਰਟ ਦੇ ਵਿੱਚ ਔਰ ਅਕਾਲ ਤਖ਼ਤ ਸਾਹਿਬ ਕੋਲ ਪੈਂਡਿੰਗ ਪਿਆ ਹੈ। ਅੱਜ ਉੱਥੇ 84 ਦੇ ਜਿਹੜੇ ਪੀੜਿਤ ਨੇ ਉਹਨਾਂ ਨੇ ਮੁਜ਼ਾਹਰਾ ਵੀ ਕੀਤਾ। ਮੈਨੂੰ ਇਹ ਨਹੀਂ ਸਮਝ ਆਉਂਦੀ ਅੱਜ ਕੌਮ ਸਾਡੀ ਇੰਨੀ ਥੱਲੇ ਇਹ ਲੈ ਗਏ ਨੇ ਕਿ ਅੱਜ ਸਾਨੂੰ ਕਾਤਲਾਂ ਤੋਂ ਪੈਸੇ ਲੈਣੇ ਪੈ ਜਾਣਗੇ। ਮੈਂ ਸਮਝਦਾ ਕਿ ਗੁਰੂ ਨਾਨਕ ਪਾਤਸ਼ਾਹ ਨੇ ਮਲਕ ਭਾਗੋ, ਤੁਸੀਂ ਇਹ ਗੰਦਲਾ ਪੈਸਾ ਜਿਹੜਾ ਗੁਰਦੁਆਰਾ ਕਮੇਟੀ 'ਚ ਲੈ ਕੇ ਆਏ ਹੋ, ਗੁਰੂ ਦੀ ਕਿਰਪਾ ਨਾਲ ਉੱਥੇ ਜਿਹੜੇ ਪੇਸ਼ੈਂਟ ਆਉਣਗੇ ਉਹ ਠੀਕ ਹੋਣੇ ਸੀ, ਲੇਕਿਨ ਮੈਨੂੰ ਲੱਗਦਾ ਇਹ ਜਿਹੜਾ ਤੁਸੀਂ ਉਹ ਪੈਸਾ ਜਿਹੜਾ ਸਾਡੇ ਖੂਨ ਨਾਲ ਰੰਗਿਆ ਜਿਹੜਾ ਲੈ ਕੇ ਆਏ ਹੋ, ਇਹਦੇ ਨਾਲ ਕਿਤੇ ਨਾ ਕਿਤੇ ਉਹਨਾਂ ਪੇਸ਼ੈਂਟਸ ਦਾ ਨੁਕਸਾਨ ਨਾ ਹੋ ਜਾਵੇ, ਗੁਰੂ ਵੀ ਤੁਹਾਡੇ ਤੋਂ ਖੁਸ਼ ਨਹੀਂ ਹੋਣ ਲੱਗਾ। ਅੱਗੇ ਸੁਖਬੀਰ ਸਿੰਘ ਬਾਦਲ ਅਤੇ ਪ੍ਰਕਾਸ਼ ਸਿੰਘ ਬਾਦਲ ਉਹ ਡੇਰੇ ਅੱਗੇ ਲੰਮਾ ਪੈ ਗਿਆ ਸੀਗਾ ਜਿਹੜੇ ਡੇਰੇ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਸੀਗੀ, ਤੁਸੀਂ ਵੋਟਾਂ ਪਿੱਛੇ ਲੰਮੇ ਪੈ ਗਏ ਸੀ ਉਸ ਡੇਰੇ ਦੇ ਅੱਗੇ ਔਰ ਅੱਜ ਉਹੀ ਬਾਦਲਾਂ ਦੀ ਟੀਮ ਸਰਸਾ ਕਾਲਕਾ ਤੁਸੀਂ ਅਮਿਤਾਭ ਬੱਚਨ ਦੇ ਅੱਗੇ ਪੈਸੇ ਸਿੱਖਾਂ ਦੇ ਕਾਤਲਾਂ ਪਿੱਛੇ ਪੈਸਿਆਂ ਪਿੱਛੇ ਲੰਮੇ ਪੈ ਗਏ ਹੋ, ਹੁਣ ਤੁਸੀਂ ਸੱਜਣ ਕੁਮਾਰ ਤੋਂ ਵੀ ਪੈਸੇ ਲੈ ਲਓ, ਤੁਸੀਂ ਹੁਣ ਜਗਦੀਸ਼ ਟਾਈਟਲ ਕੋਲ ਵੀ ਪੈਸੇ ਲੈ ਲਓ। ਮੈਂ ਸਮਝਦਾ ਵਾਂ ਕਿ ਇਹ ਕੌਮ ਕਦੀ ਇਹ ਗੱਲ ਬਰਦਾਸ਼ਤ ਨਹੀਂ ਕਰੇਗੀ। ਅਸੀਂ ਅਣਖ ਨਾਲ ਜੀਣਾ ਜਾਣਦੇ ਹਾਂ, ਇਹ 2 ਕਰੋੜ ਰੁਪਏ ਨਾਲ ਗੁਰਦੁਆਰਾ ਚੱਲੇਗਾ। ਇੱਥੇ ਗੁਰੂ ਅਮਰਦਾਸ ਪਾਤਸ਼ਾਹ ਨੂੰ ਅਕਬਰ ਬਾਦਸ਼ਾਹ ਜਗੀਰਾਂ ਦੇਣ ਆਇਆ ਸੀ, ਉਹਨਾਂ ਦੇ ਘਰ ਤੁਰ ਕੇ ਉਹ ਲਈਆਂ ਨਹੀਂ ਗਈਆਂ ਸੀਗੀਆਂ। ਮੈਂ ਇਹ ਵਿਸ਼ਵਾਸ ਦਿਵਾਉਂਦਾ ਵਾਂ ਕੌਮ ਨੂੰ ਕਿ ਅੱਗੇ ਵੀ ਗੁਰੂ ਨੇ ਸੇਵਾ ਦਿੱਤੀ ਸੀ, ਮੈਨੂੰ ਸੇਵਾ, ਆਈ ਵਿਲ ਮੇਕ ਇਟ ਸ਼ੋਰ ਕਿ ਇਹ 2 ਕਰੋੜ ਰੁਪਇਆ ਵਾਪਸ ਉਸ ਕਾਤਲ ਨੂੰ ਦਿੱਤਾ ਜਾਏਗਾ। ਇਹ ਖੂਨੀ ਦਾ ਪੈਸਾ ਅਸੀਂ ਗੁਰੂ ਦੇ ਘਰ ਦੇ ਵਿੱਚ ਨਹੀਂ ਲਿਆ ਸਕਦੇ। ਮੈਂ ਸਮਝਦਾ ਵਾਂ ਤੁਸੀਂ ਸੇਵਾ ਕਰਨੀ ਹੈ 100 ਵਾਰੀ ਕਰੋ, ਜੋ ਕੁਛ ਤੁਸੀਂ ਕਰਦੇ ਪਏ ਹੋ ਸਾਡਾ ਕੋਈ ਕਿੰਤੂ ਪਰੰਤੂ ਨਹੀਂ, ਤੁਸੀਂ ਕਿਹੜੀ ਸਰਕਾਰ ਨਾਲ ਕੀ ਕਰਦੇ ਪਏ ਹੋ ਕੋਈ ਕਿੰਤੂ ਪਰੰਤੂ ਨਹੀਂ, ਲੇਕਿਨ ਅਗਰ ਸਿੱਖਾਂ ਦੇ ਕਾਤਲਾਂ ਨੂੰ ਰਾਹ ਦੇ ਕੇ ਮਾਫ਼ੀ ਦਿਓਗੇ ਤੁਸੀਂ, ਤੁਸੀਂ ਕਦੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਡੇਰਿਆਂ ਨੂੰ ਮਾਫ਼ੀ ਦਿੰਦੇ ਹੋ, ਕਦੀ ਤੁਸੀਂ ਕਾਤਲਾਂ ਤੋਂ ਪੈਸੇ ਲੈ ਕੇ ਉਹਨਾਂ ਨੂੰ ਮਾਫ਼ੀਆਂ ਦਾ ਰਾਹ ਖੋਲ੍ਹ ਦਿਓ, ਇਹ ਕਦੀ ਬਰਦਾਸ਼ਤ ਨਹੀਂ ਕੀਤਾ ਜਾਏਗਾ। ਮੈਂ ਇਸ ਦਾ ਸਖ਼ਤ ਨੋਟਿਸ ਲਵਾਂਗਾ ਔਰ ਦੇਖਾਂਗਾ ਕਿ ਇਹ ਪੈਸਾ ਵਾਪਸ ਗੁਰਦੁਆਰਾ ਕਮੇਟੀ ਨੂੰ ਕਰਨਾ ਪਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।